ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹਾਂਜੀ ਅੱਜ ਦੀ ਤਾਜ਼ਾ ਅਪਡੇਟ ਆਪ ਸਭ ਨਾਲ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਖਬਰਾਂ ਸਾਡੀ ਚੈਨਲ ਤੋਂ ਸੁਣ ਸਕੋ ਸੋ ਅੱਜ ਦੀ ਖਬਰ ਹਾਈ ਕੋਰਟ ਦੇ ਨਾਲ ਜੁੜੀ ਹੋਈ ਹੈ ਉਹਨਾਂ ਨੇ ਕਿੰਨਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ ਸੋ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਬਰ ਜੇਕਰ ਤੁਸੀਂ ਵੀ ਕਿਸੇ WhatsApp ਗਰੁੱਪ ਦੇ ਐਡਮਿਨ ਹੋ ਤਾਂ ਤੁਹਾਡੇ ਲਈ ਰਾਹਤ ਭਰੀ ਖਬਰ ਹੈ ਕੇਰਲ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ ਚ ਕਿਹਾ ਕਿ ਕਿਸੇ ਵੀ WhatsApp ਗਰੁੱਪ ਚ ਆਉਣ ਵਾਲੀ ਕਿਸੇ ਵੀ ਇਤਰਾਜ਼ਯੋਗ ਮੈਸੇਜ ਲਈ ਗਰੁੱਪ ਐਡਮਿਨ ਜ਼ਿੰਮੇਵਾਰ ਨਹੀਂ ਹੋਵੇਗਾ ਕੂਰਟ ਦੀ ਇਹ ਫੈਸਲਾ ਇੱਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਕੀਤਾ। ਸੋ ਇਹ ਖਬਰ ਸਾਰਿਆਂ ਲਈ ਹੈ ਕਿਉਂਕਿ ਅਸੀਂ ਸਾਰੇ WhatsApp ਯੂਜ਼ ਕਰਦੇ ਹਾਂ। ਸੋ ਇਸ ਵਿੱਚ ਹਾਈ ਕੋਰਟ ਨੇ ਕਿਹਾ ਵੀ ਜੋ ਐਡਮਿਨ ਹੁੰਦਾ ਹੈ ਉਹ ਜੇ ਉਸ ਗਰੁੱਪ ਦੇ ਵਿੱਚ ਕੋਈ ਇਤਰਾਜ਼ਯੋਗ ਮੈਸੇਜ ਆਉਂਦਾ ਹੈ ਤਾਂ ਇਸ ਦੇ ਲਈ ਐਡਮਿਨ ਜੋ ਗਰੁੱਪ ਜਿਹਨੇ ਗਰੁੱਪ ਕ੍ਰੀਏਟ ਕੀਤਾ ਹੁੰਦਾ ਉਹ ਜ਼ਿੰਮੇਵਾਰ ਨਹੀਂ ਹੋਵੇਗਾ। ਸੋ ਇਹ ਸੀ ਅੱਜ ਦੀ ਤਾਜ਼ਾ ਖਬਰ ਸੋ ਜੁੜੇ ਰਹੋ ਜੀ ਨੀਅ ਸਟੱਡੀ ਹਬ ਚੈਨਲ ਨਾਲ ਤੇ ਹਰ ਰੋਜ਼ ਦੀਆਂ ਤਾਜ਼ਾ ਖਬਰਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਸੁਣ ਸਕੋ ਧੰਨਵਾਦ